ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਰਸੇਮ ਸਿੰਘ ਮਠਾੜੂ ਦੇ ਨਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ న్యూਸ ਚੈਨਲ ਦੀਆਂ ਅੱਜ ਸਵੇਰ ਦੀਆਂ ਤਾਜ਼ਾ ਤਿੰਨ ਖਬਰਾਂ ਗੱਲਬਾਤ ਕਰਾਂਗੇ ਭਾਰਤ ਦੇ ਪੰਜਾਬ ਸੂਬੇ ਦੀਆਂ ਅੱਜ ਦੀਆਂ ਮੁੱਖ ਖਬਰਾਂ ਦੀ ਇਹਨਾਂ ਖਬਰਾਂ ਨੂੰ ਸ਼ੁਰੂ ਕਰਦੇ ਪਹਿਲਾਂ ਇੱਕ ਵਾਰੀ ਨਜ਼ਰ ਮਾਰ ਲੈਣੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਸੀਤ ਲਹਿਰ ਤੇ ਬਾਰਿਸ਼ ਵਧਾਵੇਗੀ ਇਹਨਾਂ ਸੂਬਿਆਂ 'ਚ ਠੰਡ ਦੇਖੋ ਮੌਸਮ ਪਾਕ ਦੀ ਲੇਟੈਸਟ ਅਪਡੇਟ ਸੀਐਮ ਚੰਨੀ ਸਰਕਾਰ ਦਾ ਕਾਰਜਕਾਲ ਇਸ ਤਰੀਕ ਨੂੰ ਹੋ ਰਿਹਾ ਹੈ ਖਤਮ ਈਸੀ ਨੇ ਕੀਤੇ ਤਿੰਨ ਵੱਡੇ ਐਲਾਨ ਟੋਲਵਾਦੇ ਨੂੰ ਲੈ ਕੇ ਪੰਜਾਬ ਵਿੱਚ ਕਿਸਾਨਾਂ ਦਾ ਅੰਦੋਲਨ 20 ਦਸੰਬਰ ਤੋਂ ਰੋਕੀਆਂ ਜਾਣਗੀਆਂ ਰੇਲਾਂ ਐਮਐਸਪੀ ਨੂੰ ਲੈ ਕੇ ਨਵਜੋਤ ਸਿੱਧੂ ਨੇ ਕੀਤਾ ਇਹ ਵੱਡਾ ਐਲਾਨ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਆਰਬੀਆਈ ਦਾ ਵੱਡਾ ਫੈਸਲਾ ਪੈਸੇ ਕੋਲ ਰੱਖਣ ਤੇ ਲਾਈ ਇਹ ਲਿਮਟ ਸਿਆਸਤ ਵਿੱਚ ਆਉਣਗੇ ਰਾਜੇਵਾਲ ਦਿੱਤਾ ਵੱਡਾ ਬਿਆਨ ਕਿ ਹਕੂਮਤ ਕੁਝ ਕਰਨਾ ਚਾਹੁੰਦੀ ਹੈ ਅਮਰੋਸਰ ਏਅਰਪੋਰਟ ਤੇ ਆਉਣ ਜਾਣ ਵਾਲੇ ਹਵਾਈ ਸਬ ਯਾਤਰੀਆਂ ਲਈ ਵੱਡੀ ਖਬਰ ਫਲਾਈਟਾਂ ਰੱਦਾਂ ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰੇਗੀ ਸਰਕਾਰ ਕੈਬਨਟ ਨੇ ਦਿੱਤੀ ਪ੍ਰਸਤਾਵ ਨੂੰ ਮਨਜ਼ੂਰੀ 5ਵੀਂ ਤੇ 8ਵੀਂ ਸ਼੍ਰੇਣੀ ਦੀ ਟਰਮ 1 ਦੀ ਪ੍ਰੀਖਿਆ 'ਚ ਸਮੇਂ ਦੀ ਤਬਦੀਲੀ ਕਿਸਾਨਾਂ ਨੇ ਨਹੀਂ ਹੁਣ ਟੋਲ ਦੇ ਕੰਮਿਆਂ ਨੇ ਫੀ ਫ੍ਰੀ ਕੀਤਾ ਟੋਲ ਪਲਾਜਾ ਜਾਣੋ ਵਜਾ 1 ਜਨਵਰੀ 2022 ਨੂੰ 10 ਸਾਲ ਪੂਰੇ ਕਰਨ ਵਾਲੀਆਂ ਡੀਜ਼ਲ ਕਾਰਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ ਬ੍ਰਿਟੇਨ ਵਿੱਚ ਫੁੱਟਿਆ ਕਰੋਨਾ ਬੰਬ ਇੱਕ ਦਿਨ 'ਚ ਮਿਲੇ ਰਿਕਾਰਡ 88376 ਮਰੀਜ਼ ਇਹਨਾਂ ਲੋਕਾਂ ਦੀ ਮੌਤ ਆ ਜੇ ਕੇਂਦਰ ਸਰਕਾਰ ਨੇ ਬਾਕੀ ਮੰਗਾਂ ਨਾ ਮੰਨੀਆਂ ਤਾਂ ਦੁਬਾਰਾ ਸੰਘਰਸ਼ ਕਰਾਂਗੇ ਰਾਜੀਵਾਲ ਤਾਂ ਦੋਸਤੋ ਇਸ ਇੰਗਰੇਜ਼ ਸਮੇਂ ਦੀਆਂ ਚੌਣਵੀਆਂ ਖਬਰਾਂ ਹੁਣ ਗੱਲਬਾਤ ਕਰਾਂਗੇ ਜਿਹਨਾਂ ਖਬਰਾਂ ਦੇ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬ ਲੈਣਾ ਤੇ ਨਾਲ ਹੀ ਜੇ ਸਾਡੇ ਦੁਆਰਾ ਦਿੱਤੀ ਜਾਣਕਾਰੀ ਦੋਸਤੋ ਤੁਹਾਨੂੰ ਵਧੀਆ ਲੱਗਦੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ ਗੱਲ ਕਰਦੇ ਹਾਂ ਜੀ ਪਹਿਲੀ ਖਬਰ ਦੀ ਕਿ ਸੀਤ ਲਹਿ ਤੇ بارش ਵਧਾਵੇਗੀ ਇਹਨਾਂ ਸੂਬਿਆਂ 'ਚ ਠੰਡ ਦੇਖੋ ਮੌਸਮ ਦੇ ਭਾਗ ਦੀ ਲੇਟੈਸਟ ਅਪਡੇਟ ਅਗਲੇ ਕੁਝ ਦਿਨਾਂ 'ਚ ਦੇਸ਼ ਦੇ ਕਈ ਸੂਬਿਆਂ 'ਚ ਠੰਡ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਨੇ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਠੰਡ ਨੂੰ ਲੈ ਕੇ ਤਾਜ਼ਾ ਜਾਣਕਾਰੀ ਦਿੱਤੀ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਕਈ ਸੂਬੇ 'ਚ ਠੰਡ ਲਹਿਰ ਵਧ ਸਕਦੀ ਹੈ ਇਸ ਤੋਂ ਇਲਾਵਾ ਵਿਭਾਗ ਨੇ ਹਲਕੀ ਤੋਂ ਦਰਮਿਆਨੀ ਬਾਸ਼ਦੀ ਵੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਇਸ ਸੰਬੰਧੀ ਅਲਰਟ ਜਾਰੀ ਕੀਤਾ ਤੇ ਮੌਸਮ ਵਿਭਾਗ ਨੇ ਸਮੁੰਦਰੀ ਖੇਤਰਾਂ ਵਿੱਚ ਮਛੇਰਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ ਪੰਜਾਬ ਹਰਿਆਣਾ ਕਾਛ ਵਿੱਚ ਠੀਤ ਲਹਿਰ ਰਹੇਗੀ ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ ਚੰਡੀਗੜ੍ਹ ਸੋਰਾਸ਼ਟਰ ਤੇ ਕਾਛ ਵਿੱਚ 17 ਤੋਂ 21 ਤਰੀਕ ਤੱਕ ਠੀਤ ਲਹਿਰ ਚੱਲ ਸਕਦੀ ਹੈ ਇਸ ਤੋਂ ਇਲਾਵਾ 18 ਤੋਂ 21 ਦਸੰਬਰ ਤੱਕ ਉੱਤਰੀ ਰਾਜਸਥਾਨ 19 ਤੋਂ 21 ਦਸੰਬਰ ਤੱਕ ਪੱਛਮੀ ਉੱਤਰ ਪ੍ਰਦੇਸ਼ ਤੇ 19 ਤੋਂ 20 ਦਸੰਬਰ ਤੱਕ ਗੁਜਰਾਤ ਦੇ ਖੇਤਰ ਵਿੱਚ ਠੀਤ ਲਹਿਰ ਦੀ ਸੰਭਾਵਨਾ ਹੈ ਸੀਐਮ ਚੰਨੇ ਸਰਕਾਰ ਦਾ ਕਾਰਜਕਾਲ ਇਸ ਤਰੀਕ ਤੋਂ ਹੋ ਰਿਹਾ ਹੈ ਖਤਮ ਈਸੀ ਨੇ ਕੀਤੇ ਤਿੰਨ ਵੱਡੇ ਐਲਾਨ ਪੰਜਾਬ ਸਣੇ ਪੰਜ ਰਾਜਾਂ ਵਿੱਚ ਜਲਦੀ ਹੀ ਚੋਣਾਂ ਦਾ ਵਿਗਲ ਵਜਨ ਜਾ ਰਿਹਾ ਹੈ ਵੀਰਵਾਰ ਨੂੰ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ 27 ਮਾਰਚ 2022 ਨੂੰ ਸਮਾਪਤ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਤੇ ਸੀਟਾਂ ਜਿਨ੍ਹਾਂ ਵਿੱਚ 83 ਜਨਰਲ 34 ਐਸਸੀ ਵਿਧਾਨ ਸਭਾ ਹਲਕੇ ਨੇ ਉੱਤੇ ਹੀ ਤਿੰਨ ਵੱਡੇ ਐਲਾਨ ਕਰਦੇ ਹੋਏ ਇਲੈਕਸ਼ਨ ਕਮਿਸ਼ਨ ਮੁਖੀ ਸੁਸ਼ੀਲ ਚੰਦਰਾ ਨੇ ਕਿਹਾ ਕਿ ਜੇਕਰ ਕੋਈ ਵੋਟਰ ਬੂਥ ਤੇ ਨਹੀਂ ਆ ਸਕਦਾ ਤਾਂ ਆਪਣੀ ਸਮੱਸਿਆ ਦੱਸ ਸਕਦਾ ਜਿਸ ਤੋਂ ਬਾਅਦ ਉਸ ਦੇ ਘਰ ਜਾ ਕੇ ਵੋਟ ਪੁਆਈ ਜਾਵੇਗੀ ਪੰਜਾਬ ਚੋਣਾਂ ਤੇ 40 ਨਿਡਲ ਅਫਸਰ ਨਜ਼ਰ ਰੱਖਣਗੇ ਪੈਸੇ ਦੇ ਆਉਣ ਜਾਣ ਸੰਬੰਧੀ ਵੀ ਨਿਗਰਾਨੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਜੇਕਰ ਉਮੀਦਵਾਰਾਂ ਦਾ ਕੋਈ ਅਪਰਾਧਿਕ ਇਤਿਹਾਸ ਹੈ ਤਾਂ ਉਸ ਲਈ ਤਿੰਨ ਇੱਕ ਬਾਰਾਂ ਵਿੱਚ ਛਪਾਉਣਾ ਜ਼ਰੂਰੀ ਹੋਵੇਗਾ ਟੋਲ ਵਾਟੇ ਲੈ ਕੇ ਪੰਜਾਬ ਵਿੱਚ ਕਿਸਾਨਾਂ ਦਾ ਅੰਦੋਲਨ 20 ਦਸੰਬਰ ਤੋਂ ਰੁਕੀ ਜਾਣਗੀ ਹੈ ਰੇਲਾਂ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਭਾਵੇਂ ਕਿਸਾਨਾਂ ਨੇ ਆਪਣਾ ਦੋਦਲੋਂ ਵਾਪਸ ਲੈ ਲਿਆ ਹੋਵੇ ਪਰ ਪੰਜਾਬ ਨੂੰ ਕਿਸਾਨਾਂ ਦੇ ਹੋਰ ਮੁੱਦਿਆਂ ਲੈ ਕੇ ਅਜੇ ਵੀ ਅੰਦੋਲਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਵਿੱਚ ਸੂਬੇ ਭਰ ਵਿੱਚ 140 ਤੋਂ ਵੱਧ ਪੱਕੇ ਮੋਰਚੇ ਹਟਾ ਦਿੱਤੇ ਗਏ ਨੇ ਪਰ ਫਿਰ ਵੀ ਟੋਲ ਦਰਾਚਾ ਵਾਧੇ ਨੂੰ ਲੈ ਕੇ ਦੋ-ਤਿੰਨ ਦਿਨ ਟੋਲ ਪਲਾਜ਼ਾ ਤੇ ਹੜਤਾਲ ਜਾਰੀ ਹੈ ਕਿਸਾਨਾਂ ਦੀ ਜਥੇਬੰਦੀ ਬੀਕੇਯੂ ਅਗਰਾਹ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਦ ਤੱਕ ਟੋਲ ਪਲਾਜ਼ੇ ਦੇ ਰੇਟਾਂ ਵਿੱਚ ਕੀਤਾ ਵਾਅਦਾ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਉਹਦੀ ਹੜਤਾਲ ਆ ਜਾਰੀ ਹੈ ਕਿ ਦੂਜੇ ਪਾਸੇ ਕੇਸਰ ਮੈਦੋਸੰਗ ਆਸੈਂਬਟੀ ਦੇ ਆਗੂ ਜੋ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਦੇ ਲਈ ਤਾਂ ਪਾਟੀ ਨੇ 20 ਦਸੰਬਰ ਤੋਂ ਸੂਬਾ ਪਧਰੀ ਰੇਲ ਰੋਕ ਪਰਦਾਚਨ ਕਰਨ ਦਾ ਐਲਾਨ ਕੀਤਾ ਹੈ ਐ ਐਮਐਸਪੀ ਨੂੰ ਲੈ ਕੇ ਨੌਜੋਸੇਦੂ ਨੇ ਕੀਤਾ ਇਹ ਵੱਡਾ ਐਲਾਨ ਪੰਜਾਬ ਕਾਂਗਰਸ ਪ੍ਰਧਾਨ ਨੌਜੋਸ ਸਿੰਘ ਸਿੱਧੂ ਰਾਜਕੋੜ ਤੋਂ ਲਾਈਵ ਹੋਏ ਉਹਨਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਦੀ ਲੜਾਈ ਲੋਕਾਂ ਦੇ ਲਈ ਲੜੀ ਜਾਵੇਗੀ ਹਰ ਪੰਜਾਬੀ ਨੂੰ ਸਿਆਸਤ ਦਾ ਹਿੱਸਾ ਬਣਾਣਾ ਪਵੇਗਾ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਕਾਂਗਰਸ ਨੂੰ ਵੋਟ ਪਾਉਣੀ ਚਾਹੀਦੀ ਹੈ ਸਿੱਧੂ ਨੇ ਕਿਹਾ ਕਿ ਉਹ ਵਾਅਦੇ ਨਹੀਂ ਕਰਦੇ ਉਹਨਾਂ ਦੀ ਜ਼ੁਬਾਨ ਹੀ ਸਭ ਕੁਝ ਹੈ ਨਾ ਤਾਂ ਉਹ ਗੁਟਕਾ ਸਾਹਿਬ ਦੀ ਝੂਠੀ ਸੋਖਾੰਦਾ ਤੇ ਨਾ ਹੀ ਲੋਕਾਂ ਨਾਲ ਝੂਠੇ ਵਾਅਦੇ ਕਰਦਾ ਹਦੀ ਜ਼ੁਬਾਨ ਸੱਚੀ ਅਸਲੀ ਉਹ ਆਪਣੀ ਹਰ ਗੱਲ ਪੂਰੀ ਕਰੇਗਾ ਪੰਜਾਬ ਅੰਦਰੋਂ ਖੋਖਲਾ ਹੋ ਚੁੱਕਾ ਹੈ ਜਿਸ ਨੂੰ ਸੁਧਾਰਨਾ ਪਵੇਗਾ ਉਹਨਾਂ ਵੱਲੋਂ ਬਣਾਏ ਪੰਜਾਬ ਮਾਡਲ ਨਾਲ ਪੰਜਾਬ ਦੀ ਹਾਲਤ ਅਸੋਦਰੇਗੇ ਇਸ ਤੋਂ ਇਲਾਵਾ ਸੂਬੇ ਵਿੱਚ ਐਮਐਸਪੀ ਸਗੋ ਕਾਨੂੰਨ ਵੀ ਲਿਆਂਦਾ ਜਾਵੇਗਾ ਦਾਲਾਂ ਤੇ ਐਮਐਸਪੀ ਯਕੀਨੀ ਬਣਾਇਆ ਜਾਵੇਗਾ ਕਿਸਾਨ ਆਪਣੀ ਫਸਲ ਨੂੰ ਸਰਕਾਰੀ ਗੋਦਾਮਾਂ ਵਿੱਚ ਸਟੋਰ ਕਰ ਸਕਣਗੇ ਤੇ ਮੁੱਖ ਮੰਤਰੀ ਚੰਨੀ ਬਾਰੀ ਉਹਨਾਂ ਕਹੇ ਕਿ ਇਹਨਾਂ ਦੋਵਾਂ ਦੀ ਜੋੜੀ ਦੋ ਬਾਲਦਾਂ ਦੀ ਜੋੜੀ ਅਸੀਂ ਰੜਕੇ ਪੰਜਾਬ ਦੀ ਜਵਾਨੀ ਅਤੇ ਖੇਤੀ ਨੂੰ ਬਚਾਵਾਂਗੇ ਸ਼੍ਰੀ ਕਰਤਾਰਪੁਰ ਸਹਿਬ ਜਨਵਰੀ ਸਰਦਾਲ ਵਾਲੇ ਆਰਬੀਆ ਦਾ ਵੱਡਾ ਫੈਲਾ ਪੈਸੇ ਕੋਲ ਰੱਖਣ ਤੇ ਲਈ ਇਹਨਾਂ ਲਿਮਟ ਭਾਰਤੀ ਜਰਬੈਂਕ ਆਰਬੀ ਨੇ ਭਾਰਤੀ ਨਾਗਰਿਕਾਂ ਤੇ ਓਸੀਆਈ ਕਾਰਡ ਧਾਰਕ ਕਰਤਾਰਪੁਰ ਸਾਹਿਬ ਲੰਘੇ ਰਹੀ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰਾ ਸਾਹਿਬ ਦੀ ਯਾਤਰਾਦਨ 11000 ਰੁਪਏ ਹੀ ਲਿਜਾ ਸਕਣਗੇ ਅਬ ਵਿਦੇਸ਼ਾਂ ਤੋਂ ਆਉਣ ਵਾਲੇ ਸਰਦਾਲੂ ਵੀ ਅਮਰੀਕੀ ਡਾਲਰ ਦੇ ਰੂਪ ਵਿੱਚ ਇਸ ਦੇ ਬਰਾਬਰ ਹੀ ਰਕਮ ਨਾਲ ਲਿਆ ਸਕਦੇ ਨੇ ਜੋ 25000 ਰੁਪਏ ਦੀ ਬਰਾਬਰ ਸੀਮਾ ਦੀ ਮੁਕਾਬਲੇ ਘਟ ਹੈ ਵਿਦੇਸ਼ੀ ਕਰੰਸੀ ਪ੍ਰਬੰਧਨ ਨਿਯਮ 2015 ਦੇ ਅਨੁਸਾਰ ਇੱਕ ਭਾਰਤੀ ਨੇਪਾਲ ਅਤੇ ਭਟਾਨ ਤੋਂ ਇਲਾਵਾ ਕਿਸੇ ਵੀ ਦੇਸ਼ ਦੀ ਕਰੰਸੀ ਵਿੱਚ 25000 ਰੁਪਏ ਤੱਕ ਦੇ ਨੋਟ ਲਿਜਾ ਸਕਦੇ ਨੇ। ਇਹ ਹੀ ਸੀਮਾ ਕਰੰਸੀ ਲੈਵ ਲੈ ਵੀ ਲਾਗੂ ਹੁੰਦੀ ਹੈ। ਸਿਆਸਤ ਵਿੱਚ ਆਉਣਗੇ ਰਾਜੇਵਾਲ ਦਿੱਤਾ ਵੱਡਾ ਬਿਆਨ ਕਿਹਾ ਕੁਦਰਤ ਕੁਝ ਕਰਨਾ ਚਾਹੁੰਦੀ ਹੈ। ਜੀ ਹਾਂ ਦੋਸਤੋ ਪਿਛਲੇ ਇੱਕ ਸਾਲ ਤੋਂ ਵੀ ਲੰਮੇ ਸਮੇਂ ਤੱਕ ਕਿਸਾਨ ਅੰਦੋਲਨ ਵਿੱਚ ਡਟੇ ਰਹੇ ਬਲਬੀ ਸਿੰਘ ਰਾਜੇਵਾਲ ਜਲਦੀ ਹੀ ਸਿਆਸਤ ਦੇ ਵਿੱਚ ਨਜ਼ਰ ਆ ਸਕਦੇ ਨੇ। ਉਹਨਾਂ ਇਸ ਦਾ ਸੰਕੇਤ ਦਿੱਤਾ ਹੈ ਇੱਕ ਇੰਟਰਵਿਊ ਵਿੱਚ ਰਾਜੇਵਾਲ ਨੇ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਜਦੋਂ ਤੱਕ ਸਾਰੇ ਕਿਸਾਨ ਆਗੂ ਇਸ ਗੱਲ ਤੇ ਸਹਿਮਤ ਨਹੀਂ ਹੋ ਜਾਂਦੇ ਕਿ ਚੋਣਾਂ ਵਿੱਚ ਹਿੱਸਾ ਲੈਣਾ ਹੈ ਜਾਂ ਨਹੀਂ ਉਦੋਂ ਤੱਕ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਨਾਲ ਹੀ ਉਹਨਾਂ ਨੇ ਚੋਣਾਂ ਲੜਨ ਤੋਂ ਸਾਫ਼ ਇਨਕਾਰ ਵੀ ਨਹੀਂ ਕੀਤਾ ਭਾਰਤੀ ਕਿਸਾਨੀ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੈਂ ਰੂਲ ਆਊਟ ਨਹੀਂ ਕਰਦਾ ਮੈਨੂੰ ਲੱਗਦਾ ਹੈ ਕਿ ਕੁਦਰਤ ਨੇ ਕੁਝ ਕਰਨ ਮੈਂ ਇਸ ਵਿੱਚ ਬਹੁਤ ਵਿਸ਼ਵਾਸ ਕਰਦਾ ਇਸ ਵਾਰ ਲੋਕਾਂ ਵਿੱਚ ਜੋਸ਼ ਬਹੁਤ ਹੈ ਪਰ ਮੈਨੂੰ ਇਸ ਨੂੰ ਨਾਪਣ ਤੋਂ ਲਈ ਸਮਾਂ ਚਾਹੀਦਾ ਰਾਜੇਵਾਲ ਨੇ ਕਿਸਾਨਾਂ ਅੰਦਲੋਂ ਚ ਮਿਲੇ ਸਫਲਤਾ ਨੂੰ ਵੀ ਕੁਦਰਤ ਦਾ ਅਕ੍ਰਿਸ਼ਮਾ ਕਰਾ ਦਿੱਤਾ ਉਹਨੇ ਕਿਹਾ ਕਿ ਜੋ ਕੁਝ ਹੋਇਆ ਉਹ ਕੁਦਰਤ ਨੇ ਕਰਵਾਇਆ ਉਹਨੇ ਕਿਹਾ ਕਿ ਅਜਿਹਾ ਪਾਰਾ ਕਦੇ ਕਦੇ ਹੀ ਵਰਤਦਾ ਤੇ ਕਈ ਸਾਲਾਂ ਮਗਰੋਂ ਅਜਿਹਾ ਮਾਹੌਲ ਬਣਿਆ ਇਹ ਬਿਲਕੁਲ ਇਹ ਬਿਲਕੁਲ ਹੋਵੇਂ ਜਿਵੇਂ 1970 ਵਿੱਚ ਜੀਪੀ ਅੰਦੋਲਨ ਸਮੇ ਹੋਇਆ ਸੀ ਅੰਮ੍ਰਿਤਸਰ 에ਰਪੋਰਟ ਤੇ ਆਉਣ ਜਾਣ ਵਾਲੇ ਹਵਾਈ ਮਸਾਫਰਾਂ ਲਈ ਵੱਡੀ ਖਬਰ ਫਲਾਈਟਾਂ ਰੱਦਾਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ ਕਿ ਅਮਰਸਰ ਹਵਾਈ ਅਡੇ ਤੇ ਕਿਸੇ ਤਕਨੀਕੀ ਖਰਾਬੀ ਕਾਰਨ ਕਈ ਫਲਾਈਟਾਂ ਰद्द ਕਰ ਦਿੱਤੀਆਂ ਗਈਆਂ ਨੇ ਤੇ ਕਈਆਂ ਦੇ ਰੂਟ ਬਦਲ ਦਿੱਤੇ ਗਏ ਨੇ ਖਬਰਾਂ ਕਿ ਪਚੀਤੋਵਦ ਕਰੇਲੂ ਅਤੇ ਸ਼ੇਕ ਕਮਾਂਤਰੀ ਉਡਾਨਾਂ ਨੂੰ ਰੱਦ ਜਾਂ ਉਨ੍ਹਾਂ ਦੇ ਡਾਇਵਰਟ ਕਰ ਦਿੱਤਾ ਗਿਆ ਜਿਸ ਕਾਰਨ ਹਵਾਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮਿਲੀ ਜਾਣਕਾਰੀ ਅਨੁਸਾਰ ਇਸ ਤਕਨੀਕੀ ਖਰਾਬੀ ਨੂੰ ਸਹੀ ਕਰਨ ਲਈ ਟੈਕਨੀਕਲ ਟੀਮ ਭਲਕੇ 17 ਸਤੰਬਰ ਨੂੰ ਅੰਮ੍ਰਿਤਸਰ 에ਰਪੋਰਟ ਪਹੁੰਚੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਖਰਾਬੀ ਨੂੰ ਸਹੀ ਕਰਨ ਵਿੱਚ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ ਜਿਸ ਕਾਰਨ ਉਡਾਣਾਂ ਦੇ ਯਾਤਰੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਜੇਕਰ ਤੁਹਾਡੀ ਫਲਾਈਟ ਅੰਮ੍ਰਿਤਸਰ 에ਰਪੋਰਟ ਤੋਂ ਹੈ ਤਾਂ ਇਸ ਦੀ ਜਾਣਕਾਰੀ ਜ਼ਰੂਰ ਹਾਸਲ ਕਰ ਲਵੋ ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨੇ ਦੀ ਸਰਕਾਰ ਕੈਬਨਟ ਨੇ ਦਿੱਤੀ ਪ੍ਰਸਤਾਵ ਨੂੰ ਮਨਜ਼ੂਰੀ ਮੰਤਰੀ ਮੰਡਲ ਨੇ ਦੇਸ਼ ਵਿੱਚ ਔਰਤਾਂ ਲਈ ਵਿਆਹ ਦੀ ਕਾਨੂੰਨੀ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੂਤਰਾਂ ਨੇ ਦੱਸਿਆ ਕਿ ਬਦਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਬਾਰੇ ਫੈਸਲਾ ਲਿਆ ਗਿਆ ਹੈ ਹੁਣ ਇਸ ਦੇ ਲਈ ਸਰਕਾਰ ਮੌਜੂਦਾ ਕਾਨੂੰਨਾਂ ਵਿੱਚ ਸੋਧ ਕਰੇਗੀ ਜੇਕਰ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਆਜ਼ਾਦੀ ਦਿਵਸ ਤੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਹੁਣ ਸਰਕਾਰ ਇਸ ਨੂੰ ਲਾਗੂ ਕਰਦੀ ਨਜ਼ਰ ਆ ਰਹੀ ਹੈ ਦੇਸ਼ ਵਿੱਚ ਲੜਕੀਆਂ ਲਈ ਵਿਆਹ ਦੀ ਕਾਨੂੰਨੀ ਉਮਰ 21 ਸਾਲ ਹੈ ਸੂਤਰਾਂ ਦੇ ਹਵਾਲੇ ਮੁਤਾਬਕ ਕੈਬਨਟ ਦੀ ਮਨਜ਼ੂਰੀ ਤੋਂ ਬਾਅਦ ਸਰਕਾਰ ਬਾਲ ਵਿਆਹ ਰੋਕੂ ਕਾਨੂੰਨ 2006 ਅਤੇ ਫਿਰ ਵਿਸ਼ੇਸ਼ ਵਿਆ ਕਾਨੂੰਨ ਅਤੇ ਹਿੰਦੂ ਵਿਆ ਐਕਟ 1955 ਵਰਗੇ ਨਿਜੀ ਕਾਨੂੰਨਾਂ ਵਿੱਚ ਸੋਧ ਕਰੇਗੀ ਪੰਜਵੇਂ ਅਤੇ 8ਵੇਂ ਸ਼੍ਰੇਣੀ ਦੀ ਟਰਮ 1 ਦੀ ਪ੍ਰੀਖਿਆ 'ਚ ਸਮੇਂ ਦੀ ਤਬਦੀਲੀ ਬੱਚਿਆਂ ਲਈ ਜ਼ਰੂਰੀ ਖਬਰ ਹੈ ਜੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ 8ਵੀਂ ਸ਼੍ਰੇਣੀ ਦੀ ਟਰਮ 1 ਦੀਆਂ ਪ੍ਰੀਖਿਆਵਾਂ 20 ਦਸੰਬਰ ਤੋਂ 22 ਦਸੰਬਰ ਤੱਕ ਆ ਕਰਵਾਈਆਂ ਜਾ ਰਹੀਆਂ ਨੇ ਤੇ ਬੋਰਡ ਦੇ ਬੁਲਾਰਿਆਂ ਨੇ ਦੱਸਿਆ ਕਿ ਠੰਡ ਵਧਣ ਕਾਰਨ ਸਵੇਰ ਵੇਲੇ ਤੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਇਸ ਸਮੱਸਿਆ ਨੂੰ ਜੱਥੇ ਲਈ ਬੋਰਡ ਵੱਲੋਂ 5ਵੀਂ ਅਤੇ 8ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸ਼ੁਰੂ ਕਰਨ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਹੁਣ ਇਹਨਾਂ ਦੋਵੇਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਦਾ ਸਮਾਂ ਸਵੇਰੇ 9 ਵਜੇ ਦੀ ਬਜਾਏ ਸਵੇਰੇ 10 ਵਜੇ ਦਾ ਹੋਵੇਗਾ ਕਿਸਾਨਾਂ ਨੇ ਨਹੀਂ ਹੁਣ ਟੋਲ ਦੇ ਕੰਮਾਂ ਨੇ ਫ੍ਰੀ ਕੀਤਾ ਟੋਲ ਪਲਾਡਾ ਜਾਰੋ ਵਜਾ ਰੇਵਾੜੀ ਰੋਤਕ ਹਾਈਵੇ ਸਥਿਤ ਗੰਗਾ ਜਚਾ ਟੋਲ ਪਲਾਜ਼ੇ ਨੂੰ ਇੱਕ ਵਾਰ ਫਿਰ ਫ੍ਰੀ ਕਰ ਦਿੱਤਾ ਕਿ ਇਸ ਵਾਰ ਕਿਸਾਨਾਂ ਨੇ ਨਹੀਂ ਸਗੋ ਕਾਮਿਆਂ ਨੇ ਹੀ ਟੋਲ ਫਰੀ ਕੀਤਾ ਹੈ ਕਾਮਿਆਂ ਨੇ ਇਕਾਦਮ ਇਸ ਲਈ ਚੁੱਕਿਆ ਕਿਉਂਕਿ ਮੁਸ਼ਕਲ ਸਮੇਂ ਵਿੱਚ ਕੰਮ ਕਰਨ ਦੇ باوجود ਉਹਨਾਂ ਨੂੰ ਤਨਖਾਹ ਨਹੀਂ ਮਿਲੀ ਅਜਿਹੇ ਵਿੱਚ ਨਿਰਾਜ਼ ਕਾਮਿਆਂ ਨੇ ਕੱਲ ਸਵੇਰੇ 8 ਵਜੇ ਤੋਂ ਕੰਮ ਸ਼ਾਟ ਕੀ ਟੋਲ ਫਰੀ ਕਰ ਦਿੱਤਾ ਤੇ ਦਰਸਲ ਕਿਸਾਨ ਅੰਦੋਲਨ ਦੇ ਚਾਹ ਦੇ ਦੋ ਮਹੀਨੇ ਤੱਕ ਰਿਵਾਰੀ ਦੇ ਗੰਗਾਯਾਚਾ ਟੋਲ ਫਰੀ ਰਹਿ ਪਰਸ਼ਾ ਵੀ ਜਾਰੀ ਨੇ ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਨੂੰ ਇਸ ਤੋਂ ਹਟਾ ਕੇ ਟੋਲ ਚਾਲੂ ਕਰਵਾ ਦਿੱਤਾ ਗਿਆ ਹਰਿਆਣਾ ਦੇ ਤਮਾਮ ਟੋਲ ਫ੍ਰੀ ਹੋਣ ਦੇ ਬਾਵਜੂਦ 8 ਮਹੀਨੇ ਤੋਂ ਗੰਗਾ ਜਾਂ ਛੱਟੋਲ ਪਲਾਜ਼ਾ ਤੇ ਟੋਲ ਕੱਟਦਾ ਰਿਹਾ ਇਸ ਦਰਮਿਆਨ ਟੋਲ ਤੇ ਵਰਕਰ 50 ਕਾਮਿਆਂ ਨੂੰ ਅਗਸਤ ਵਿੱਚ ਸਤੰਬਰ ਮਹੀਨੇ ਤਨਖਾਹ ਨਹੀਂ ਮਿਲੀ ਜਿਸ ਦੇ ਵਿਰੋਧ ਵਿੱਚ ਕਾਮਿਆਂ ਨੇ ਪਹਿਲਾਂ ਵੀ ਕੰਮ ਛੱਡ ਕੇ ਟੋਲ ਨੂੰ ਫ੍ਰੀ ਕਰ ਦਿੱਤਾ ਸੀ ਪਰ 11 ਸتمبر ਤੋਂ ਬਾਅਦ ਟੋਲ ਚਾਲੂ ਹੈ ਪਰ ਹੁਣ ਇੱਕ ਵਾਰ ਫੇਰ ਕਾਮਿਆਂ ਨੇ ਜਿਹੜਾ ਟੋਲ ਨੂੰ ਫ੍ਰੀ ਕਰ ਦਿੱਤਾ ਹੈ 1 ਜਨਵਰੀ 2022 ਨੂੰ 10 ਸਾਲ ਪੂਰੇ ਕਰਨ ਵਾਲੀ ਡੀਜ਼ਲ ਕਾਰ ਦੇ ਰਜਿਸਟ੍ਰੇਸ਼ਨ ਹੋਵੇਗੀ ਰੱਦ ਦਿੱਲੀ ਟ੍ਰਾਂਸਪੋਰਟ ਵਿਭਾਗ ਵੱਲੋਂ ਜਾਰੀਆ ਕਰਦੇਸ਼ ਵਿੱਚ ਕਿਹਾ ਗਿਆ ਹੈ ਕਿ 1 ਜਨਵਰੀ 2022 ਨੂੰ 10 ਸਾਲ ਪੂਰੇ ਕਰਨ ਵਾਲੇ ਸਾਰੇ ਡੀਜ਼ਲ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਲਈ ਗੈਰ ਇਤਰਾਜ਼ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਤਾਂ ਜੋ ਇਹ ਵਾਹਨ ਦਿੱਲੀ ਤੋਂ ਬਾਹਰ ਹੋਰ ਥਾਵਾਂ ਤੇ ਦੁਬਾਰਾ ਰਜਿਸਟਰ ਹੋ ਸਕਣ ਇਸ ਲਈ ਪੁਰਾਣੀ ਗੱਡੀ ਖਰੀਦਣਾ ਹੋ ਰਾਜਾ ਦੇ ਲਈ ਲੋਕਾਂ ਲਈ ਸਸਤਾ ਹੋ ਸਕਦਾ ਹਾਲਾਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਡੀਜੀਲ ਵਾਹਨ ਜਿਨ੍ਹਾਂ ਨੇ 15 ਸਾਜਸ਼ਤ ਵਾਅਦਾ ਸਮਾਂ ਪੂਰਾ ਕਰ ਲਿਆ ਹੈ ਉਹਨਾਂ ਲਈ ਐਨਓਸੀ ਜਾਰੀ ਨਹੀਂ ਹੋਵੇਗੀ ਯਾਨੀ ਇਹਨਾਂ ਦੇ ਪਈਏ ਪੱਕੇ ਤੌਰ ਤੇ ਜਬ ਹੋ ਜਾਣਗੇ ਬ੍ਰਿਟਨ ਵਿੱਚ ਫਟਿਆ ਕਰੋਨਾ ਬੰਬ ਇੱਕ ਦਿਨ ਵਿੱਚ ਮਿਲੇ ਰਿਕਾਰਡ 88376 ਮਰੀਜ਼ ਇੰਨੇ ਲੋਕਾਂ ਦੀ ਮੌਤ ਆ ਕਰੋਨਾ ਦੇ ਨਵੇਂ ਰੂਪ ਓਮਿਕਰੋਨ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਿੰਤਾ ਵਧਦੀ ਜਾ ਰਹੀ ਹੈ ਇਸ ਵਿਚਾਲੇ ਬ੍ਰਿਟੇਨ ਵਿੱਚ ਰੋਜ਼ਾਨਾ ਕਰੋਨਾ ਵਾਇਰਸ ਦੇ ਮਾਮਲੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਕੱਲ ਲਗਾਤਾਰ ਦੂਜੇ ਦਿਨ ਇੱਥੇ ਰਿਕਾਰਡ ਤੋੜ ਮਾਮਲੇ ਸਾਹਮਣੇ ਬ੍ਰਿਟੇਨ ਸਰਕਾਰ ਨੇ ਵੀਰਵਾਰ ਨੂੰ 88376 ਨਵੇਂ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਉੱਥੇ ਪੁਸ਼ਟੀ ਕੀਤੀ ਹੈ ਤਾਜ਼ਾ ਅੰਕੜੇ ਮੁਤਾਬਕ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 11.1 ਮਿਲੀਅਨ ਤੱਕ ਪਹੁੰਚ ਗਈ ਹੈ ਜਦੋਂ ਤੱਕ ਕਿ ਯੂਕੇ ਵਿੱਚ ਕਰੋਨਾ ਕਰਕੇ ਹੋਰ 146 ਮੌਤਾਂ ਦੀ ਪੁਸ਼ਟੀ ਹੋਈ ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਭਗ 147000 ਹੋ ਚੁੱਕੀ ਹੈ ਜੇ ਕੇਂਦਰ ਸਰਕਾਰ ਨੇ ਬਾਕੀ ਮੰਗਾਂ ਨਾ ਮੰਨੀਆਂ ਤਾਂ ਦੁਬਾਰਾ ਸੰਗਠਚ ਕਰਾਂਗੇ ਰਾਜੇਵਾਲ ਐਸੇ-ਐਸ ਨਗਰ ਮੁਹਾਲੀ ਇਥੋਂ ਦੇ ਇਤਿਹਾਸਕ ਗੁਰਦੁਆਰਾ ਸੰਗਤ ਜਿਹਦਾ ਸੋਹਾਣਾ ਦੇ ਬਾਹਰ ਪਵਾਰ ਇਲਾਕਾ ਮੁਹਾਲੀ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਲੜੀਵਾਰ ਪੱਕਾ ਹੜਤਾਲ ਤੇ ਧਨਾ ਪ੍ਰਦਰਸ਼ਨ ਅੱਜ ਜਕਸਨ 90ਵੇਂ ਦਿਨ ਅਗਲੇ ਹੁਕਮ ਤੱਕ ਮੁਲਤਵੀ ਕਰ ਦਿੱਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਚਸਣ ਜੋਟਿਕਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਵੀ ਸਿੰਘ ਰਾਜੇਵਾਲੇ ਪੱਖ ਹੜਤਾਲ ਖਤਮ ਕਰਵਾਈ ਇਸ ਤੋਂ ਪਹਿਲਾਂ ਧਰਨਾ ਕੇ ਵਿਸਵਚ ਸੁਖਮਨੀ ਸਾਹਿਬ ਦੀ ਪਾਰਥ ਦੇ ਭੋਗ ਪਾਇਆ ਗਿਆ ਇਸ ਮੌਕੇ ਰਾਜੇਵਾਲੇ ਕਹਿੰਦੇ ਕਿ ਕੇਂਦਰ ਸਰਕਾਰ ਵੱਲੋਂ ਕਾਨੂੰਨ ਵਾਪਸ ਲੈਣਾ ਤੇ ਕਿਸਾਨਾਂ ਦੀਆਂ ਹੋਰ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦੇਣ ਤੋਂ ਬਾਅਦ ਹੀ ਕਿਸਾਨੀ ਸੰਘਾਚ ਮੁਲਤਵੀ ਕੀਤਾ ਗਿਆ ਜੇ ਕੇਂਦਰ ਸਰਕਾਰ ਨੇ ਕਿ ਸੈਨਾ ਦੀਆਂ ਬਾਕੀ ਮੰਗਾਂ ਮੰਨਣ ਤੋਂ ਟਾਲਾਬਟਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਸਮੇਤ ਦਿਲ ਦੇ ਦੀਆਂ ਬਰੂਹਾਂ ਤੇ ਦੁਬਾਰਾ ਸੰਘਰਸ਼ ਵਿੱਡਿਆ ਜਾਵੇਗਾ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਇਸ ਦਿਨ ਦੀਆਂ ਤਾਜ਼ਾ ਵੱਡੀਆਂ ਖਬਰਾਂ ਸਾਡੇ ਦੋਆਰ ਦਿੱਤੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਅਗਲੇ ਦਿਨ ਦੀਆਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਹੁੰਦਲੀ ਆਇਂਦਾ ਈ ਧੰਨਵਾਦ ਸਤਿ ਸ਼੍ਰੀ ਅਕਾਲ